ਤਸਵੀਰਾਂ 'ਚ ਦੇਖੋ ਕਿਵੇਂ ਮੂੰਹ ਢੱਕ ਕੇ ਇਹ ਵਿਦੇਸ਼ੀ ਕੁੜੀਆਂ ਦੇ ਨਾਲ ਪੰਜਾਬੀ ਕੁੜੀਆਂ ਖੜੀਆਂ ਨੇ। ਇਹ ਕੁੜੀਆਂ ਦੇ ਵੱਲੋਂ ਸੈਕਸ ਰੈਕਟ ਚਲਾਇਆ ਜਾਂਦਾ ਸੀ। ਇਹਨਾਂ ਦਾ ਮੁਖੀ ਲਵਿਤ ਪੰਡਿਤ ਦੱਸਿਆ ਜਾ ਰਿਹਾ ਹੈ, ਜੋ ਕਿ ਫਗਵਾੜਾ ਦੇ ਵਿੱਚ ਧੜੱਲੇ ਦੇ ਨਾਲ ਇੱਕ ਪੀਜੀ ਚਲਾਉਂਦਾ ਸੀ ਅਤੇ ਉਸਦੇ ਅੰਦਰ ਸੈਕਸ ਰੈਕਟ ਚਲਾਉਂਦਾ ਸੀ। 13 ਕੁੜੀਆਂ ਅਤੇ 13 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੀ ਰਾਤ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ। ਲਗਾਤਾਰ ਪੁਲਿਸ ਦੇ ਖਬਰੀਆਂ ਦੇ ਵੱਲੋਂ ਇਹ ਸੂਚਨਾ ਪੁਲਿਸ ਤੱਕ ਆ ਰਹੀ ਸੀ ਕਿ ਇਸ ਇਲਾਕੇ ਦੇ ਵਿੱਚ ਗਲਤ ਕੰਮ ਚੱਲਦਾ ਹੈ, ਗਲਤ ਕੰਮ ਧੰਦਾ ਚਲਾਇਆ ਜਾਂਦਾ ਹੈ। 13 ਦੇ ਵਿੱਚੋਂ 9 ਕੁੜੀਆਂ ਵਿਦੇਸ਼ ਤੋਂ ਇੱਥੇ ਆਈਆਂ ਨੇ, ਇਹ ਸਭ ਕੁਝ ਗਲਤ ਕੰਮ ਇੱਥੇ ਕਰਦੀਆਂ ਨੇ, ਕਿਸੇ ਤੋਂ 1000 ਅਤੇ ਕਿਸੇ ਤੋਂ 2000 ਰੁਪਏ ਚਾਰਜ ਕਰਦੀਆਂ ਨੇ। ਤਾਂ ਵੱਖ ਵੱਖ ਦੇਸ਼ਾਂ ਦੀਆਂ ਨੇ ਇਹ ਵਿਦੇਸ਼ੀ ਕੁੜੀਆਂ, ਪੁਲਿਸ ਨੇ ਗ੍ਰਿਫਤਾਰ ਕੀਤੀਆਂ ਨੇ। 13 ਮੁੰਡੇ ਵੀ ਇਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ, ਜਿਹੜੇ ਕਿ ਵਿੱਚ ਦਲਾਲ ਦੱਸੇ ਜਾ ਰਹੇ ਨੇ ਅਤੇ ਕੁਛ ਉੱਥੇ ਨੌਜਵਾਨ ਪੀਜੀ ਦੇ ਵਿੱਚ ਮੌਜੂਦ ਸਨ ਜਿਸ ਵੇਲੇ ਰੇਡ ਕੀਤੀ ਗਈ। ਤਾਂ ਪੁਲਿਸ ਦੇ ਖਬਰੀ ਨੇ ਸਾਰੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕਪੂਰਥਲਾ ਅਤੇ ਫਗਵਾੜਾ ਦੇ ਨੇੜੇ LPU ਯੂਨੀਵਰਸਿਟੀ, ਜੋ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ, ਉਸਦੇ ਨਾਲ ਗੇਟ ਹੈ ਅਤੇ ਗੇਟ ਦੇ ਨਾਲ ਹੀ ਇੱਕ PG ਬਣਿਆ ਹੋਇਆ ਹੈ, ਜਿੱਥੇ ਦੇਰ ਰਾਤ ਪੁਲਿਸ ਨੇ ਰੇਡ ਮਾਰੀ। ਰੇਡ ਮਾਰਨ 'ਤੇ ਪੁਲਿਸ ਦੇ ਵੱਲੋਂ 13 ਕੁੜੀਆਂ, ਜਿਨ੍ਹਾਂ ਦੇ ਵਿੱਚੋਂ 9 ਵਿਦੇਸ਼ੀ ਕੁੜੀਆਂ ਨੇ, ਅਤੇ 13 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਦੇਸ਼ੀ ਕੁੜੀਆਂ ਇੱਥੇ ਸੈਕਸ ਰੈਕਟ ਚਲਾ ਰਹੀਆਂ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਹਨਾਂ ਦਾ ਜਿਹੜਾ ਮੁਖੀ ਹੈ ਉਹ ਲਵਿਤ ਪੰਡਿਤ ਹੈ, ਉਹ ਇੱਕ PG ਦਾ ਓਨਰ ਹੈ। PG ਦੇ ਨਾਮ 'ਤੇ ਉਹ ਸੈਕਸ ਰੈਕਟ ਚਲਾ ਰਿਹਾ ਸੀ ਫਗਵਾੜਾ ਦੇ ਵਿੱਚ ਧੜੱਲੇ ਦੇ ਨਾਲ, ਜਿਸ ਤੋਂ ਬਾਅਦ ਪ੍ਰਾਈਵੇਟ ਯੂਨੀਵਰਸਿਟੀ ਦੇ ਨੇੜੇ ਪੰਜਾਬ ਪੁਲਿਸ ਦੇ ਵੱਲੋਂ ਇਸਦੇ PG ਅੰਦਰ ਰੇਡ ਮਾਰੀ ਗਈ ਅਤੇ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਕੁੜੀਆਂ ਯੂਨੀਵਰਸਿਟੀ ਦੇ ਗੇਟ ਕੋਲ ਖੜ੍ਹ ਕੇ ਵਿਦਿਆਰਥੀਆਂ ਨੂੰ ਬਹਿਲਾਉਂਦੀਆਂ ਸੀ, ਫਸਲਾਉਂਦੀਆਂ ਸੀ, ਇਸ਼ਾਰੇ ਕਰਦੀਆਂ ਸੀ ਅਤੇ ਆਪਣੇ ਨਾਲ ਖਿੱਚ ਕੇ ਲੈ ਜਾਂਦੀਆਂ ਸੀ, ਜਿਸ ਤੋਂ ਬਾਅਦ ਕਈ ਵਿਦਿਆਰਥੀ ਵੀ ਇਸ ਧੰਦੇ ਦਾ ਸ਼ਿਕਾਰ ਹੋਏ ਨੇ। ਕਿਸੇ ਦੇ ਕੋਲੋਂ 1000 ਰੁਪਏ ਅਤੇ ਕਿਸੇ ਦੇ ਕੋਲੋਂ 2000 ਚਾਰਜ ਕਰਦੀਆਂ ਸੀ ਇਹ ਕੁੜੀਆਂ। ਤਾਂ ਦੇਖ ਸਕਦੇ ਹੋ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ, ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਲ ਹੀ 13 ਮੁੰਡੇ ਵੀ ਗ੍ਰਿਫਤਾਰ ਕੀਤੇ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਮੂੰਹ ਢੱਕ ਕੇ ਇਹ ਨੌਜਵਾਨ ਜਿਹੜੇ ਥੱਲੇ ਬੈਠੇ ਹੋਏ ਨੇ, ਇਹ ਵੀ ਇਸੇ ਰੈਕਟ ਦਾ ਸ਼ਿਕਾਰ ਨੇ ਅਤੇ ਇਸੇ ਰੈਕਟ ਦੇ ਪੂਰੇ ਹਿੱਸੇਦਾਰ ਨੇ। ਅਤੇ ਇਹ ਕੁੜੀਆਂ ਪਿੱਛੇ ਦੇਖ ਰਹੀਆਂ ਹੋਣਗੀਆਂ ਤੁਹਾਨੂੰ, ਪੁਲਿਸ ਵਾਲਿਆਂ ਦੇ ਨਾਲ ਖੜੀਆਂ ਹੋਈਆਂ, ਇਹ ਉਹੀ ਕੁੜੀਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਗਲਤ ਕੰਮ ਕੀਤਾ ਜਾਂਦਾ ਸੀ। PG ਦੇ ਕਮਰਿਆਂ ਦੀ ਆੜ ਦੇ ਵਿੱਚ ਗਲਤ ਧੰਦਾ ਚਲਾਇਆ ਜਾਂਦਾ ਸੀ। ਇਹਨਾਂ ਦਾ ਮੁਖੀ ਲਵਿਤ ਪੰਡਿਤ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਖੁਫੀਆ ਸੂਤਰਾਂ ਦੇ ਮੁਤਾਬਕ ਇਹ ਧੜੱਲੇ ਦੇ ਨਾਲ ਸੈਕਸ ਰੈਕਟ ਚਲਾ ਰਿਹਾ ਸੀ ਅਤੇ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਬਾਹੁਕਮ SSP ਸਾਹਿਬ, SP ਸਾਹਿਬ ਫਗਵਾੜਾ ਜੀ ਦੀ ਸੁਪਰਵਿਜ਼ਨ ਹੇਠ, DSP ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਿਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ 'ਤੇ ਦੋ ਅਲੱਗ ਅਲੱਗ ਜਗ੍ਹਾ ਰੇਡ ਕੀਤੀ, ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਅਤੇ ਉਹ ਫੜੇ ਨੇ ਜੀ। ਉਹਦੇ ਰਿਗਾਰਡਿੰਗ ਇਮੋਰਲ ਟ੍ਰੈਫਿਕ ਐਕਟ ਦਾ ਮੁਕੱਦਮਾ ਦਰਜ ਕੀਤਾ। ਕਿੰਨੀਆਂ ਕੁੜੀਆਂ ਅਤੇ ਕਿੰਨੇ ਮੁੰਡੇ ਆ? 13 ਕੁੜੀਆਂ ਨੇ ਜੀ ਅਤੇ 13 ਮੁੰਡੇ ਨੇ, ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਅਤੇ ਤਕਰੀਬਨ 9 ਕੁੜੀਆਂ ਫੋਰਨਰ ਨੇ, ਜਿਨ੍ਹਾਂ ਵਿੱਚੋਂ 8 ਥਾਈਲੈਂਡ ਦੀਆਂ ਨੇ ਅਤੇ 1 ਕਿਸੇ ਹੋਰ ਮੁਲਕ ਦੀ ਹੈ। ਅਤੇ ਰੇਡ ਕਿੱਥੇ ਕੀਤੀ ਗਈ ਸੀ? ਰੇਡ ਇਹ PG ਨੇ ਜੀ ਬਣੇ ਹੋਏ ਪਿੰਡ ਮਹੇੜੂ ਦੇ ਵਿੱਚ, ਉੱਥੇ ਅਲੱਗ ਅਲੱਗ ਜਗ੍ਹਾ PG ਦੀ ਆੜ ਦੇ ਵਿੱਚ ਉੱਥੇ ਦੋ ਜਗ੍ਹਾ ਇਹ ਇੱਦਾਂ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ, ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ। ਜਿਸ ਤਰ੍ਹਾਂ ਪੁਲਿਸ ਵੱਲੋਂ ਸਖ਼ਤ ਹਦਾਇਤ ਹੈ ਕਿ ਕੋਈ ਵੀ PG 'ਤੇ ਪੇਇੰਗ ਗੈਸਟ ਜਾਂ ਕਿਰਾਏ 'ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਅਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਇਹਦੀ ਡਾਕੂਮੈਂਟ ਵਗੈਰਾ?
ਨਹੀਂ ਜੀ, ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਕਿ ਹਾਂ ਗਲਤ ਕੰਮ ਚੱਲ ਰਿਹਾ ਉੱਥੇ, ਇਸੇ ਕਰਕੇ ਜੀ ਉੱਥੇ ਰੇਡ ਕੀਤੀ ਗਈ ਹੈ ਅਤੇ ਕਾਰਵਾਈ ਕਰ ਦਿੱਤੀ ਹੈ ਜੀ। ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ, ਇਹ ਹੋਇਆ ਕੋਈ ਸਾਹਮਣੇ? ਉਹ ਸਾਰਾ ਕੁਛ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ, ਜੋ ਜੋ ਹੋਊਗਾ ਕੁਛ ਗਲਤ ਉਹ ਵੀ ਤਾਂ ਰੈਡ ਕੀਤੀ ਜਾਊ। ਅਤੇ ਕੀ ਪੀਜੀ ਦੇ ਮਾਲਕ ਵੀ ਅਰੈਸਟ ਕੀਤੇ ਆ ਕੋਈ? ਇੱਕ ਪੀਜੀ ਦਾ ਹੈਗਾ ਜੀ, ਜਿਹੜਾ ਪੀਜੀ ਦਾ ਮਾਲਕ ਹੈ ਲਾਈਕ ਉਹ ਚਲਾ ਰਿਹਾ ਜਿਹੜਾ ਉੱਥੇ ਸਿਸਟਮ, ਉਹ ਫੜ ਲਿਆ ਜੀ ਨਾਲ। ਅਤੇ ਕੀ ਧਾਰਾ ਲਾਈ ਗਈ ਹੁਣ ਤਾਈ? ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵੱਖ ਵੱਖ ਧਾਰਾ ਲੱਗੀਆਂ ਨੇ ਜੀ। ਨਾਮ ਵਗੈਰਾ ਕੁਛ ਆਵਾਂ ਸਾਹਮਣੇ ਪੀਜੀ ਵਾਲੇ ਦਾ? ਉਹ ਫਰਦਰ ਹੁਣ ਰਹਿਣ ਦੂਜੇ ਇਨਵੈਸਟੀਗੇਸ਼ਨ 'ਚ ਚੱਲ ਰਿਹਾ, ਫਿਰ ਦੱਸ ਦਿੱਤਾ ਜਾਵੇ।